ਆਓ ਬੱਚਿਓ ਹੁਣ ਆਪਾਂ ਸ਼ੁਰੂ ਕਰਨ ਜਾ ਰਹੇ ਆਂ ਤੀਜਾ ਪਾਠ ਕਿਤਾਬ ਰੇਨਬੋ ਦਾ ਇਹ ਅੰਗਰੇਜ਼ੀ ਦੀ ਕਿਤਾਬ ਹੈ ਤਾਂ ਲੈਸਨ ਨੂੰ ਆਪਾਂ ਪੰਜਾਬੀ ਚ ਕੀ ਕਹੀਦਾ ਪਾਠ ਤੇ ਮਾਈ ਫੈਮਿਲੀ ਇਹਦਾ ਮਤਲਬ ਹੁੰਦਾ ਹੈ ਮੇਰਾ ਪਰਿਵਾਰ ਤੁਹਾਡੇ ਪਰਿਵਾਰ ਚ ਕੌਣ ਕੌਣ ਰਹਿੰਦਾ ਹੈ ਜਰੂਰ ਦੱਸਿਓ ਮੈਨੂੰ ਇੱਥੇ ਇਸ ਪਰਿਵਾਰ ਚ ਮੈਨੂੰ ਦਿਖਾਈ ਦੇ ਰਹੇ ਆਂ ਬੱਚੇ ਨੇ ਦਾਦਾ ਦਾਦੀ ਨੇ ਮੰਮੀ ਪਾਪਾ ਨੇ ਭੈਣ ਭਰਾ ਨੇ ਹੁਣ ਇੱਥੇ ਕੀ ਲਿਖਿਆ ਹੋਇਆ ਉਹ ਵੀ ਆਪਾਂ ਪੜਨ ਦੀ ਕੋਸ਼ਿਸ਼ ਕਰਦੇ ਹਾਂ ਇੱਥੇ ਲਿਖਿਆ ਹੈ ਵੀ ਆਲ ਲਿਵ ਇਨ ਅ ਫੈਮਿਲੀ ਇਹਨੂੰ ਆਪਾਂ ਪੰਜਾਬੀ ਚ ਕਹਿੰਦੇ ਹਾਂ ਅਸੀਂ ਸਾਰੇ ਇੱਕ ਪਰਿਵਾਰ ਫੈਮਿਲੀ ਦਾ ਮਤਲਬ ਪਰਿਵਾਰ ਵਿਚ ਦੈਂਦੇ हां ਅਸੀਂ ਸਾਰੇ ਇੱਕ ਪਰਿਵਾਰ ਵਿੱਚ ਰਹਿੰਦੇ ਹਾਂ ਸਮ ਪੀਪਲ ਲਿਵ ਇਨ ਸਮਾਲ ਫੈਮਲੀਜ਼ ਸਮ ਪੀਪਲ ਲਿਵ ਇਨ ਮਤਲਬ ਕਿ ਕੁਝ ਲੋਕ ਜੋ ਹੈਗੇ ਆ ਉਹ ਛੋਟੀ ਜੀ ਪਰਿਵਾਰ ਚ ਰਹਿੰਦੇ ਆ ਜਿੱਥੇ ਸਿਰਫ ਮੰਮੀ ਪਾਪਾ ਹੋਣ ਸਮ ਪੀਪਲ ਮਤਲਬ ਕੁਝ ਲੋਕ ਇੱਕ ਛੋਟੇ ਜਿਹੇ ਪਰਿਵਾਰ ਵਿੱਚ ਰਹਿੰਦੇ ਹਨ ਤੇ ਸਮ ਪੀਪਲ ਲਿਵ ਇਨ ਅ ਬਿਗ ਫੈਮਿਲੀ ਤੇ ਕੁਝ ਲੋਕ ਇੱਕ ਵੱਡੇ ਪਰਿਵਾਰ ਵਿੱਚ ਰਹਿੰਦੇ ਨੇ ਤੇ ਇਥੇ ਇਹੀ ਦੱਸਿਆ ਗਿਆ ਵੀ ਅਸੀਂ ਵੀ ਇੱਕ ਪਰਿਵਾਰ ਵਿੱਚ ਰਹਿੰਦੇ ਹਾਂ ਮੇਰੇ ਪਰਿਵਾਰ ਚ ਇਹ ਨਹੀਂ ਦੱਸਿਆ ਗਿਆ ਕੌਣ ਕੌਣ ਹੈ ਬਟ ਇਹ ਕਿਹਾ ਗਿਆ ਕੁਝ ਲੋਕ ਜਿਹੜੇ ਹੈਗੇ ਆ ਉਹ ਛੋਟੇ ਪਰਿਵਾਰ ਚ ਰਹਿੰਦੇ ਆ ਕੁਝ ਲੋਕ ਜਿਹੜੇ ਹੈਗੇ ਆ ਉਹ ਵੱਡੇ ਪਰਿਵਾਰ ਵਿੱਚ ਰਹਿੰਦੇ ਆ ਹੁਣ ਇਥੇ ਦੱਸਿਆ ਗਿਆ ਹੈ ਕਿ ਗੀਤੂ ਦੇ ਪਰਿਵਾਰ ਚ ਕੌਣ-ਕੌਣ ਰਹਿੰਦਾ ਹੈ ਚਲੋ ਦੇਖੀਏ ਵੀ ਗੀਤੂ ਦੇ ਪਰਿਵਾਰ 'ਚ ਕੌਣ-ਕੌਣ ਹੈ ਪੰਜਾਬੀ 'ਚ ਕਿਵੇਂ ਲਿਖ ਲੰਨੇ ਆ ਇਹ ਲਿਖ ਲਿਆ ਗੀਤੂ ਗੀਤੂ ਦਾ ਪਰਿਵਾਰ ਇੱਥੇ ਹੈਗੇ ਗੀਤੂ ਦੇ ਗ੍ਰੈਂਡਫਾਦਰ ਗ੍ਰੈਂਡਫਾਦਰ ਹੁੰਦੇ ਹੈਗੇ ਜਿਵੇਂ ਆਪਾਂ ਪੰਜਾਬੀ 'ਚ ਕਹਿੰਦਾ ਦਾਦਾ ਜੀ ਤੇ ਇਹ ਹੈਗੇ ਗੀਤੂ ਦੇ ਦਾਦਾ ਜੀ ਏ ਹੈਗੀ ਹੈ ਗੀਤੂ ਏ ਹੈਗੀ ਹੈ ਗੀਤੂ ਦੇ ਗ੍ਰੈਂਡਮਦਰ ਗ੍ਰੈਂਡਮਦਰ ਨੂੰ ਪੰਜਾਬੀ ਚ ਕਹੀਦਾ ਦਾਦੀ ਜੀ ਇਹ ਗੀਤੂ ਹੈਗੀ ਆਪਾਂ ਗੀਤੂ ਦਾ ਨਾਮ ਪਹਿਲੇ ਹੀ ਲਿਖ ਲਿਆ ਕੀ ਲਿਖਿਆ ਹੋਇਆ ਹੈ ਹੋਰ ਕੌਣ-ਕੌਣ ਹੈ ਗੀਤੂ ਦੇ ਪਰਿਵਾਰ ਚ ਉਹ ਵੀ ਦੇਖ ਲੈਂਦੇ ਆ ਆ ਲਿਖਿਆ ਮਦਰ ਮਦਰ ਨੂੰ ਆਪਾਂ ਪੰਜਾਬੀ ਚ ਕਹੀਦਾ ਮਾਂ ਇਹ ਹੈਗੀਆਂ ਗੀਤੂ ਦੇ ਫਾਦਰ ਫਾਦਰ ਨੂੰ ਆਪਾਂ ਪੰਜਾਬੀ ਚ ਕਹੀਦਾ ਪਿਤਾ ਇਹ ਹੈਗੀਆਂ ਗੀਤੂ ਦੀ ਭੈਣ ਤੇ ਆਪਾਂ ਲਿਖ ਲਿਆ ਭੈਣ ਇਹ ਹੈਗੀਆਂ ਗੀਤੂ ਦੇ ਭਰਾ ਤੇ ਆਪਾਂ ਲਿਖ ਲਿਆ ਬ੍ਰਦਰ ਨੂੰ ਭਰਾ ਹੁਣ ਪਤਾ ਲੱਗਿਆ ਜੀ ਗੀਤੂ ਦੀ ਫੈਮਿਲੀ ਚ ਗੀਤੂ ਦੇ ਪਰਿਵਾਰ ਚ ਕੌਣ ਕੌਣ ਰਹਿੰਦਾ ਸਾਨੂੰ ਪਤਾ ਲੱਗਿਆ ਦਾਦਾ ਜੀ ਰਹਿੰਦੇ ਆ ਗੀਤੂ ਆਪ ਰਹਿੰਦੀ ਐ ਦਾਦੀ ਜੀ ਰਹਿੰਦੀ ਐ ਤੇ ਗੀਤੂ ਦੀ ਮਾਂ ਰਹਿੰਦੀ ਐ ਪਿਤਾ ਜੀ ਰਹਿੰਦੇ ਆ ਭੈਣ ਰਹਦੀ ਐ ਤੇ ਭਰਾ ਰਹਿੰਦੇ ਆ ਹੁਣ ਤੁਸੀਂ ਕੀ ਕਰਨਾ ਹੈ ਤੁਸੀਂ ਆਪਣੇ ਪਰਿਵਾਰ ਦੀ ਜਿਹੜੀਆਂ ਤਸਵੀਰਾਂ ਨੇ ਉਹ ਲੈ ਕੇ ਇੱਥੇ ਪੇਸਟ ਕਰਨੀ ਹੈ ਤੇ ਇੱਥੇ ਤੁਸੀਂ ਆਪਣੀ ਫੋਟੋ ਪੇਸਟ ਕਰਨੀ ਹੈ ਮਦਰ ਦਾ ਮਤਲਬ ਤੁਸੀਂ ਆਪਣੀ ਫੋਟੋ ਮਦਰ ਦਾ ਮਤਲਬ ਤੁਸੀਂ ਆਪਣੀ ਮਾਂ ਦੀ ਫੋਟੋ ਚਿਪਕਾਣੀ ਹੈ ਇੱਥੇ ਫਾਦਰ ਦਾ ਮਤਲਬ ਵੀ ਤੁਸੀਂ ਆਪਣੇ ਪਿਤਾ ਜੀ ਦੀ ਫੋਟੋ ਚਿਪਕਾਣੀ ਹੈ ਪੇਸਟ ਦ ਪਿਕਚਰ ਇਹਦਾ ਮਤਲਬ ਹੈ ਪੇਸਟ ਦਾ ਮਤਲਬ ਹੈ ਚਿਪਕਾਓ ਤੇ ਤਾਂ ਪਿਕਚਰਸ ਦਾ ਮਤਲਬ ਹੁੰਦਾ ਹੈ ਤਸਵੀਰਾਂ ਹੁਣ ਜ਼ਰੂਰ ਚਿਪਕਾਓ ਤੁਸੀਂ ਆਪਣੇ ਕਿਤਾਬ 'ਚ ਤਸਵੀਰਾਂ ਆਪਣੇ ਆਪਣੀ ਮੰਮੀ ਦੀ ਆਪਣੇ ਪਿਤਾ ਜੀ ਦੀ ਤੇ ਹੋਰ ਵੀ ਹੈਗੇ ਆ ਤੁਹਾਡੇ ਜਿਹੜੇ ਭਰਾ ਹੈਗੇ ਆ ਉਹਨਾਂ ਦੀ ਵੀ ਫੋਟੋ ਚਿਪਕਾਓ ਤੇ ਤੁਹਾਡੀ ਜਿਹੜੀ ਭੈਣ ਹੈਗੀ ਐ ਉਹਦੀ ਵੀ ਫੋਟੋ ਜ਼ਰੂਰ ਚਿਪਕਾਓ ਚਲੋ ਹੁਣ ਚੱਲਦੇ ਆ ਅੱਗੇ ਇਹ ਹੈਗੀ ਆ ਤੁਹਾਡੀ ਇੱਕ ਐਕਟੀਵਿਟੀ ਕਰਨੀ ਐ ਤੁਸੀਂ ਓਰਲ ਐਕਟੀਵਿਟੀ ਹੈ ਮਤਲਬ ਕਿ ਤੁਸੀਂ ਬੋਲ ਕੇ ਇਹ ਗਤੀਵਿਧੀ ਪੂਰੀ ਕਰਨੀ ਹੈ ਐਕਟੀਵਿਟੀ ਨੂੰ ਆਪਾਂ ਇਹ ਵੀ ਕਹੀਦਾ ਹੈ ਗਤੀਵਿਧੀ ਤੇ ਇੱਥੇ ਲਿਖਿਆ ਵਾਟ ਇਜ਼ ਯੋਰ ਨੇਮ ਇਹਦਾ ਮਤਲਬ ਹੁੰਦਾ ਹੈ ਤੁਹਾਡਾ ਨਾਮ ਕੀ ਹੈ ਦੱਸੋ ਵੀ ਤੁਹਾਡਾ ਨਾਮ ਕੀ ਹੈ ਤੁਸੀਂ ਆਪਣਾ ਨਾਮ ਇੱਥੇ ਲਿਖਣਾ ਹੈ ਤੇ ਤੁਸੀਂ ਲਿਖੋਗੇ ਮਾਈ ਨੇਮ ਪੰਜਾਬੀ ਚ ਆਪਾਂ ਕਹੀਦਾ ਮੇਰਾ ਨਾਮ ਹੈ ਜੋ ਵੀ ਤੁਹਾਡਾ ਨਾਮ ਹੈ ਤੁਸੀਂ ਇੱਥੇ ਆਪਣਾ ਨਾਮ ਇੱਥੇ ਲਿਖਿਆ ਗਿਆ ਦੂਜਾ ਪ੍ਰਸ਼ਨ ਹੈਗਾ ਵਾਟ ਇਜ਼ ਯੋਰ ਮਦਰਜ਼ ਨੇਮ ਤੁਹਾਡੀ ਮਾਤਾ ਜੀ ਦਾ ਨਾਮ ਤੁਹਾਡੀ ਮਾਂ ਦਾ ਨਾਮ ਕੀ ਹੈ ਤੇ ਇੱਥੇ ਤੁਸੀਂ ਪੰਜਾਬੀ ਚ ਲਿਖੋਗੇ ਮਾਈ ਮਦਰਜ਼ ਨੇਮ ਮੇਰੀ ਮਾਈ ਦਾ ਮਤਲਬ ਮੇਰੀ ਮਾਂ ਦਾ ਨਾਮ ਹੈ ਜੋ ਵੀ ਤੁਹਾਡੀ ਮਾਂ ਦਾ ਨਾਮ ਹੈ ਉਹ ਤੁਸੀਂ ਇੱਥੇ ਪੰਜਾਬੀ 'ਚ ਲਿਖੋਗੇ ਠੀਕ ਹੈ ਜੀ ਹੁਣ ਵਦਦੇ ਆ ਅੱਗੇ ਹੋਰ ਕੀ ਪੁੱਛਿਆ ਗਿਆ ਹੈ ਪਿਤਾ ਜੀ ਬਾਰੇ ਵੀ ਪੁੱਛਿਆ ਗਿਆ ਤੇ ਇੱਥੇ ਲਿਖਿਆ ਗਿਆ ਵਾਟ ਇਜ਼ ਯੋਰ ਫਾਦਰਜ਼ ਨੇਮ ਇਹਦਾ ਮਤਲਬ ਹੁੰਦਾ ਹੈ ਵੀ ਤੁਹਾਡੇ ਪਿਤਾ ਜੀ ਦਾ ਨਾਮ ਕੀ ਹੈ ਤੁਸੀਂ ਇੱਥੇ ਪੰਜਾਬੀ ਇਹ ਅੰਗਰੇਜ਼ੀ 'ਚ ਲਿਖਣਾ ਹੈ ਮਾਈ ਫਾਦਰਜ਼ ਨੇਮ ਮੇਰੇ ਪਿਤਾ ਦਾ ਨਾਮ ਜੋ ਵੀ ਤੁਹਾਡੇ ਪਿਤਾ ਜੀ ਦਾ ਨਾਮ ਹੈਗਾ ਉਹ ਤੁਸੀਂ ਇੱਥੇ ਲਿਖੋਗੇ ਮੇਰੇ ਪਿਤਾ ਦਾ ਨਾਮ ਜੋ ਵੀ ਤੁਸੀਂ ਲਿਖਣਾ ਚਾਹੁੰਦੇ ਹੋ ਠੀਕ ਹੈ ਹੁਣ ਜਰੂਰ ਲਿਖ ਕੇ ਤੁਸੀਂ ਮੈਨੂੰ ਦੱਸਿਓ ਜਰੂਰ ਹੁਣ ਆਪਾਂ ਭਰਾਂਗੇ ਆਪਣੇ ਬਾਰੇ ਕੋਈ ਜਾਣਕਾਰੀ ਥੋੜੀ ਜੀ ਇੱਥੇ ਲਿਖਿਆ ਹੈ ਮਾਈ self ਇਹਨੂੰ ਆਪਾਂ ਪੰਜਾਬੀ ਚ ਕਹਿੰਦੇ ਆਪਨੇ ਆਪ ਬਾਰੇ ਜਾਣਕਾਰੀ ਆਪਣੇ ਆਪ ਨੂੰ ਦੱਸਣਾ ਇੱਥੇ ਲਿਖਿਆ ਇੰਟਰਡਿਊਸ ਯਰਸੈਲਫ ਜਾਨੀ ਕਿ ਆਪਣੀ ਪਛਾਣ ਜਿੱਦਾਂ ਤੁਸੀਂ ਪਹਿਲੀ ਵਾਰ ਕਿਸੇ ਨੂੰ ਮਿਲ ਰਹੇ ਹੋ ਤਾਂ ਆਪਣੀ ਪਹਿਚਾਨ ਦਿਓ ਅੰਗਰੇਜ਼ੀ ਵਿੱਚ ਲਿਖਿਆ ਆਈ ਏਮ ਅ ਗਰਲ ਮਾਈ ਨੇਮ ਇਜ਼ ਜੋ ਵੀ ਤੁਹਾਡਾ ਨਾਮ ਆ ਤੁਸੀਂ ਉੱਥੇ ਭਰੋਗੇ ਆਈ ਏਮ ਏ ਆਈ ਏਮ ਡੈਸ਼ ইয়ারਸ ਓਲਡ एना मतलब है आई एम ओ गल का मतलब है मैं एक कुड़ी हां कुछ हो रही है तो इत लिखा जाएगा मैं एक कुड़ी हाँ माई ने मतलब है मेरा नाम है जो भी थोड़ा नाम है आई एम डैश ईयरस ओल्ड मैं आई मतलब मैं डैश साल ਹਾਂ ਹੁਣ ਆਪਾਂ ਗੱਲ ਕਰਦੇ ਹਾਂ ਮੁੰਡੇ ਬਾਰੇ ਮੁੰਡਾ ਵੀ ਇਹੀ ਜੇ ਮੁੰਡਾ ਆਪਣੇ ਆਪ ਨੂੰ ਪਛਾਣ ਆਪਣੀ ਕਰਾਣਾ ਚਾਹੁੰਦਾ ਹੈ ਉਹ ਕੀ ਲਿਖੇਗਾ ਆਈ ਐਮ ਅ ਬॉय ਜਾਨੀ ਕੀ ਮੈਂ ਮੁੰਡਾ ਹਾਂ ਮਾਈ ਨੇਮ ਇਜ਼ ਜਾਨੀ ਕੀ ਮੇਰਾ ਨਾਮ ਜੋ ਵੀ ਤੁਹਾਡਾ ਨਾਮ ਆ ਤੁਸੀਂ ਉਹ ਨਾਮ ਭਰੋਗੇ ਆਈ ਐਮ ਡੈਸ਼ ইয়ার্স 올ਡ ਫਿਰ मैं डैश उम्र दे साल दा हां या ये मेरी उम्र है या तुसी आ भी कह सकते हो मैं डैश ए या ए कोई भी चल सकता है मैं डैश साला दा हां ਗੱਲ ਸਮਝ ਆ ਗਈ ਇਹ ਸਾਨੂੰ ਅੰਗਰੇਜ਼ੀ ਚ ਲਿਖਿਆ ਹੋਇਆ ਇਹਦਾ ਪੰਜਾਬੀ ਚ ਮਤਲਬ ਇਹੀ ਹੈ ਜਦ ਤੁਸੀਂ ਕਿਸੇ ਨੂੰ ਵੀ ਮਿਲਦੇ ਹੋ ਅੰਗਰੇਜ਼ੀ ਚ ਕਿਵੇਂ ਆਪਣੀ ਪਛਾਣ ਕਰਾਉਂਦੇ ਹੋ ਆਈ ਐਮ ਅ ਗਰਲ ਮਾਈ ਨੇਮ ਇਜ਼ ਜੋ ਵੀ ਤੁਹਾਡਾ ਨਾਮ ਹੈ ਜੇ ਤੁਸੀਂ ਮੁੰਡੇ ਹੋ ਤਾਂ ਤੁਸੀਂ ਕਹੋਗੇ ਆਈ ਐਮ ਅ ਬாய் ਮਾਈ ਨੇਮ ਇਜ਼ ਡੈਸ਼ ਆਈ ਆਮ ਇੰਨੇ ਸਾਲ ਦਾ ਹਾਂ ਡੈਸ਼ ইਅਰਸ 올ਡ ਚਲ ਹੁਣ ਦੇਖਦੇ ਹਾਂ ਅੱਗੇ ਸਾਨੂੰ ਕੀ ਕਰਨ ਨੂੰ ਮਿਲੇਗਾ ਇਹ ਵੀ ਐਕਟੀਵਿਟੀ ਆ ਆ ਵੀ ਤੁਸੀਂ ਪਛਾਣ ਕਰਨੀ ਹੈ ਵੀ ਤੁਸੀਂ ਕੀ ਪੰਜਾਬੀ ਵਿੱਚ ਲਿਖਿਆ ਹੋਇਆ ਹੈ ਫੇਰ ਮੌਖਿਕ ਗਤੀਵਿਧੀ ਆਈ ਲਾਈਕ ਟੂ ਡਰਿੰਕ ਤੁਸੀਂ ਕੁਝ ਪੀਂਦੇ ਹੋ ਇਹਨੂੰ ਆਪਾਂ ਪੰਜਾਬੀ ਵਿੱਚ ਲਿਖ ਸਕਦੇ ਹਾਂ ਮੈਨੂੰ ਡੈਸ਼ ਪੀਣਾ ਜੋ ਵੀ ਤੁਹਾਨੂੰ ਪੀਣਾ ਹੈਗਾ ਇਹ ਪਸੰਦ ਉਹ ਤੁਸੀਂ ਇੱਥੇ ਲਿਖੋਗੇ ਮੈਨੂੰ ਡੈਸ਼ ਪੀਣਾ ਪਸੰਦ ਹੈ ਕੀ ਪੀਣਾ ਪਸੰਦ ਹੈ ਹੁਣ ਤੁਸੀਂ ਦੱਸੋ ਕੀ ਤੁਹਾਨੂੰ ਪਾਣੀ ਪੀਣਾ ਪਸੰਦ ਹੈ ਜੋ ਇੱਥੇ ਬਣਾਇਆ ਹੋਇਆ ਹੈ ਕੀ ਤੁਹਾਨੂੰ ਦੁੱਧ ਪੀਣਾ ਪਸੰਦ ਹੈ ਜਾਂ ਤੁਹਾਨੂੰ ਜੂਸ ਪੀਣਾ ਪਸੰਦ ਹੈ ਆ ਵੀ ਦੱਸਿਓ ਤੁਸੀਂ ਆਪ ਪਛਾਣ ਕਰਿਓ ਤੇ ਮੈਨੂੰ ਜਰੂਰ ਦੱਸਿਓ ਇੱਥੇ ਲਿਖਿਆ ਹੈ ਆਈ ਲਾਈਕ ਟੂ ਈਟ ਇਹਦਾ ਮਤਲਬ ਹੁੰਦਾ ਹੈ ਮੈਨੂੰ ਖਾਣਾ ਕੀ ਪਸੰਦ ਹੈ ਉਹ ਤੁਸੀਂ ਦੱਸੋਗੇ ਮੈਨੂੰ ਪਸੰਦ ਹੈਗਾ ਹੈ ਲਾਈਕ ਦਾ ਮਤਲਬ ਹੁੰਦਾ ਹੈ ਪਸੰਦ ਤੁਹਾਨੂੰ ਕੀ ਖਾਣਾ ਪਸੰਦ ਹੈ ਮੰਗੋ ਮੰਗੋ ਨੂੰ ਆਪਾਂ ਪੰਜਾਬੀ ਚ ਕੀ ਕਹਿੰਦਾ ਹੈ ਅੰਮ ਇਹਨੂੰ ਆਪਾਂ ਆੰਬ ਕਹਿੰਦਾ ਹੈ ਜਿਹੜੇ ਚਾਵਲ ਹੁੰਦੇ ਆ ਉਹਨਾਂ ਨੂੰ ਆਪਾਂ ਪੰਜਾਬੀ ਚ ਕੀ ਕਹਿੰਦਾ ਹੈਗਾ ਰਾਈਸ ਨੂੰ ਪੰਜਾਬੀ ਚ ਕਹਿੰਦਾ ਹੈ ਚੌਲ ਬ੍ਰੈਡ ਨੂੰ ਪੰਜਾਬੀ ਚ ਆਪਾਂ ਵੈਸੇ ਰੋਟੀ ਕਹਿੰਦੇ ਆ ਅੰਗਰੇਜ਼ੀ ਚ ਇਹਨੂੰ ਬ੍ਰੈਡ ਹੀ ਕਹੀਦਾ ਹੈ ਹੁਣ ਅੱਗੇ ਚੱਲਦੇ ਹਾਂ ਆਈ ਪਲੇ ਵਿਦ ਅ ਤੁਸੀਂ ਕਿਹੜੀ ਚੀਜ਼ ਨਾਲ ਖੇਡਦੇ ਹੋ ਬੜਾ ਚੰਗਾ ਸਵਾਲ ਹੈ ਜੇ ਕਿਸੇ ਨੇ ਪੁੱਛ ਲਿਆ ਇਹਨੂੰ ਪੰਜਾਬੀ ਚ ਇਹਦਾ ਮਤਲਬ ਹੁੰਦਾ ਹੈ ਮੈਂ ਇਹ ਕਿਹੜੀ ਚੀਜ਼ ਨਾਲ ਖੇਡਦਾ ਹਾਂ ਇਹਦੇ ਨਾਲ ਖੇਡਦਾ ਇਹ ਕੀ ਹੋ ਸਕਦਾ ਹੈ ਟੌਏ ਕਾਰ ਜਾਨੀ ਕਿ ਖਿਡੌਣਾ ਤੁਸੀਂ ਖਿਡੌਣਾ ਕਾਰ ਨਾਲ ਖੇਡ ਸਕਦੇ ਹੋ ਮੈਂ ਇਹ ਜੋ ਵੀ ਚੀਜ਼ ਹੈਗੀ ਹੈ ਨਾਲ ਇਹ ਹਟਾ ਦਿੰਦੇ ਆ ਜਿਹੜੀ ਵੀ ਚੀਜ਼ ਤੁਸੀਂ ਪੜ੍ਹਨੀ ਹੋਈ ਪੜ੍ਹ ਲਿਓ ਮੈਂ ਇਹਦੇ ਨਾਲ ਕੀੜਦਾ ਹਾਂ ਟੈਡੀ ਬੀਅਰ ਟੈਡੀ ਬੀਅਰ ਨੂੰ ਆਪਾਂ ਪੰਜਾਬੀ ਚ ਇਦਾਂ ਲਿਖਦੇ ਆ ਟੈਡੀ ਬੀਅਰ ਤੇ ਇਹ ਲਿਖਿਆ ਹੈ ਡਾਲ ਡਾਲ ਨੂੰ ਆਪਾਂ ਪੰਜਾਬੀ ਚ ਲਿਖਦੇ ਆ ਗੁੱਡੀ ਜ਼ਰੂਰ ਮੈਨੂੰ ਦੱਸਿਓ ਤੁਸੀਂ ਕਿਹੜੀ ਚੀਜ਼ ਨਾਲ ਖੇਡਦੇ ਹੋ ਤੇ ਕਿਹੜੀ ਚੀਜ਼ ਨਾਲ ਖੇਡਣਾ ਤੁਹਾਨੂੰ ਪਸੰਦ ਹੈ ਅੱਗੇ ਵਧਦੇ ਆ ਲੈਸਨ 4 ਉਹ ਕਰਾਂਗੇ ਅਸੀਂ ਅਗਲੀ ਕਲਾਸ ਜੇ ਤੁਹਾਨੂੰ ਇੰਨਾ ਸਮਝ ਆ ਗਿਆ ਹੈ ਤਾਂ ਜ਼ਰੂਰ ਮੈਨੂੰ ਕਮੈਂਟ ਚ ਆਪਣੇ ਜਵਾਬ ਦੱਸਿਓ ਆਪਾਂ ਫੇਰ ਮਿਲਾਂਗੇ ਅਗਲੇ ਚੈਪਟਰ ਚ ਤਦ ਤੱਕ ਖਿਆਲ ਰੱਖੋ